ਟੈਕਸਸ ਵਿਖੇ ਕਰਵਾਇਆ ਗਿਆ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦਾ ਸ਼ਹੀਦੀ ਸਮਾਗਮ। ਪਿੰਡ ਪੰਜਵੜ ਵਿਖੇ ਪੰਥਕ ਸ਼ਖਸੀਅਤਾਂ ਵੱਲੋਂ ਖਾਸ ਤਕਰੀਰ। ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਾਲੀ ਘਟਨਾ ਤੇ ਸ਼੍ਰੋਮਣੀ ਕਮੇਟੀ ਨੇ ਜਤਾਈ ਚਿੰਤਾ। ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਟੈਕਸਸ ਵਿਖੇ ਕਰਵਾਇਆ ਗਿਆ। ਇਸ ਮੌਕੇ ਸਿੰਘ ਸੰਗਤਾਂ ਵੱਲੋਂ ਭਾਈ ਪੰਜਵੜ ਦੀ ਸ਼ਹਾਦਤ ਅਤੇ ਸੰਘਰਸ਼ ਨੂੰ ਯਾਦ ਕੀਤਾ ਗਿਆ। ਇਸ ਮੌਕੇ ਪਹੁੰਚੇ ਵੱਖੋ ਵੱਖ ਸਿੱਖ ਆਗੂਆਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਇੱਕ ਕੋਇਨਸੀਡੈਂਸ ਕੋ ਜਾਂ ਹਕੂਮਤ ਦੀਆਂ ਮਾੜੀਆਂ ਨੀਤੀਆਂ ਜਿਹੜੀਆਂ ਇਸ ਵੇਲੇ ਫੁੱਲ ਸਕੇਲ ਸਿੱਖਾਂ ਨੂੰ ਸਬਕ ਸਿਖਾਉਣ ਦੀਆਂ ਨੇ, ਜਿਉਂ ਹੀ ਅਸੀਂ ਇੱਥੇ ਫਰਾਈਡੇ ਅਖੰਡ ਪਾਠ ਸਾਹਿਬ ਆਰੰਭ ਕੀਤਾ, ਉਸੇ ਰਾਤ ਜਦੋਂ ਕਿ ਸਾਡੇ ਧਰਤੀ ਦੇ ਖਿੱਤੇ 'ਤੇ ਸਵੇਰ ਦਾ ਵਕਤ ਸੀ, ਲਗਭਗ 6 ਵਜੇ ਦਾ, ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਆਪਣੇ ਨੇਮ ਅਨੁਸਾਰ ਆਪਣੇ ਘਰ ਦੇ ਨਾਲ ਲੱਗਦੇ ਪਾਰਕ ਦੇ ਵਿੱਚ ਸੈਰ ਲਈ ਨਿਕਲਦੇ ਸਨ। ਅਜੇ ਸੂਰਜ ਦੀ ਪੂਰੀ ਰੋਸ਼ਨੀ ਵੀ ਨਹੀਂ ਸੀ, ਭਾਵੇਂ ਉਹਨਾਂ ਕੋਲ ਇੱਕ ਸਿਕਿਉਰਿਟੀ ਗਾਰਡ ਵੀ ਸੀ, ਲੇਕਿਨ ਕਿਸ ਅੰਦਾਜ਼ ਦੇ ਵਿੱਚ ਕੀ ਹੋਇਆ ਕਿ ਉਹਨਾਂ ਨੂੰ ਇੱਕ ਮੋਟਰਸਾਈਕਲ ਬੋਰਨ 2 ਕਿਲਰਸ ਨੇ, ਮਰਸਨਰੀ ਕਿਲਰ ਜ਼ਾਹਰਾ ਤੌਰ 'ਤੇ, ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਅਤੇ ਇੱਕ 4 ਦਹਾਕਿਆਂ ਦਾ ਸਫ਼ਰ, ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪੰਜਵੜ ਦੇ ਪਰਿਵਾਰ ਦਾ ਜ਼ਿਕਰ ਹੋਇਆ, ਇਹੀ ਮੈਂ ਸਮਝਦਾ ਵੀ ਸਾਡੀ ਕੰਟੀਨਿਊਟੀ ਵੀ ਹੈ। ਅਖੀਰ ਸਭ ਨੇ ਗੁਰੂ ਨੂੰ ਜਾ ਕੇ ਮੂੰਹ ਦਿਖਾਉਣਾ ਅਤੇ ਕੁਛ ਨਾ ਕੁਛ ਆਗੇ ਕਾ ਕੁਛ ਤੁਲਹਾ ਬੰਦ ਹੋ, ਜਿੱਥੇ ਰੱਬ ਦੀ ਯਾਦ ਹੈ ਉੱਥੇ ਸਾਡੀ ਵੀ ਜਿਹੜਾ ਥਾਲੀ ਦੇ ਵਿੱਚ ਕੁਛ ਹੋਣਾ ਚਾਹੀਦਾ ਕਿ ਬਾਬਾ ਭੇਜਿਆ ਸੀ, ਸਿੱਖਾਂ ਦੇ ਘਰ ਜੰਮੇ ਸੀ, ਸਿੰਘ ਕੌਰ ਦੀ ਲੈਗੇਸੀ ਦਾ ਇਤਿਹਾਸ ਨਾਲ ਰੱਖਿਆ ਸੀ ਅਤੇ ਅਸੀਂ ਵੀ ਕੋਈ ਆਪਣਾ ਫਰਜ਼ ਅਦਾ ਕੀਤਾ। ਬਾਕੀ ਇਹ ਗੁਰੂ ਦਾ ਕੰਮ ਹੈ, ਕੋਈ ਇਹ ਸਮਝੇ ਕਿ ਮੇਰੇ ਸਿਰ ਦੇ ਉੱਤੇ ਕੋਈ ਖੜਾ ਹੈ, ਜੇ ਮੈਂ ਰੋਕਦਾ ਹਾਂ ਤਾਂ ਕੋਈ ਇਵੇਂ ਨਹੀਂ ਰੁਕਦਾ ਹੁੰਦਾ। ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹੋਂ ਸੰਭਾਲ ਕਰੋ ਤਿਸਕੇਰੀ। ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ। ਉਹ ਦਿਨ ਬਹੁਤ ਦੂਰ ਨਹੀਂ ਹੈ ਜਦੋਂ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗੀ। ਉਸ ਧਰਤੀ 'ਤੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਅਤੇ 10 ਨੌਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਪਾਕ 'ਤੇ ਪੂਰਾ ਕੰਟਰੋਲ ਹੋਏਗਾ। ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦਾ ਸ਼ਹੀਦੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਪੰਜਵੜ ਵਿਖੇ ਕਰਵਾਇਆ ਗਿਆ। ਇਸ ਮੌਕੇ ਪਹੁੰਚੀਆਂ ਵੱਖ ਵੱਖ ਪੰਥ ਸੇਵਕ ਸ਼ਖਸੀਅਤਾਂ ਨੇ ਭਾਈ ਪੰਜਵੜ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਭਾਈ ਪਰਮਜੀਤ ਸਿੰਘ ਜੀ ਪੰਜਵੜ ਜਿਹੜੇ ਕੋਆਪਰੇਟਿਵ ਬੈਂਕ ਦੇ ਵਿੱਚ ਸਰਵਿਸ ਕਰਦੇ ਸਨ, 84 ਦੇ ਸਾਕੇ ਦਾ ਘੱਲੂ ਘਾਰੇ ਦਾ ਉਹਨਾਂ ਦੇ ਹਿਰਦੇ ਉੱਤੇ ਵੀ ਗਹਿਰਾ ਜ਼ਖਮ ਹੋਇਆ। ਜਦੋਂ ਜਨਰਲ ਲਾਭ ਸਿੰਘ ਨੂੰ, ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਦੀ ਅਗਵਾਈ, ਜਨਰਲ ਸ਼ਵੇਕ ਸਿੰਘ ਦੀ ਕਮਾਂਡ ਅਤੇ ਭਾਈ ਅਮਰੀਕ ਸਿੰਘ ਜੀ ਦੇ ਸਹਿਯੋਗ ਦੇ ਨਾਲ ਹਿੰਦ ਫੌਜ ਦੇ ਤੌਰ ਹਿਲਾਉਣ ਵਾਲੇ 8ਵੇਂ ਜੰਗ ਵਿੱਚ ਹਿੱਸਾ ਲਿਆ ਸੀ ਅਤੇ ਉਹ ਉੱਥੋਂ ਗ੍ਰਿਫਤਾਰ ਕਰ ਲਏ ਗਏ, ਜੋਧਪੁਰ ਜੇਲ੍ਹ 'ਚ ਭੇਜੇ ਗਏ। ਪਰ ਉਹਨਾਂ ਨੇ ਜੋ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ, ਦੁਸ਼ਟਾਂ ਦਾ ਦਮਨ ਕਰਦਿਆਂ ਜੋ ਕਾਰਨਾਮੇ ਕੀਤੇ ਸਨ, ਉਹਦੇ ਕੇਸ ਇਸ ਹਿੰਦ ਸਟੇਟ ਨੇ, ਪੰਜਾਬ ਸਰਕਾਰ ਦੀ ਪੁਲਿਸ ਨੇ ਦਰਜ ਕੀਤੇ ਸੀ। ਉਹਨਾਂ ਨੂੰ ਜਲੰਧਰ ਦੀ ਜੇਲ੍ਹ ਵਿੱਚ ਲੈ ਆਂਦਾ ਗਿਆ। ਜਦੋਂ ਉਹਨਾਂ ਨੂੰ ਸਿੰਘਾਂ ਨੇ ਤਰੀਕ ਪੇਸ਼ੀ ਦੇ ਉੱਤੇ ਜਦੋਂ ਪੁਲਿਸ ਲੈ ਕੇ ਆਈ ਸੀ, ਉਹਨਾਂ ਨੂੰ ਪੁਲਿਸ ਦੀ ਹਿਰਾਸਤ ਵਿੱਚੋਂ ਛਡਾ ਲਿਆ ਤਾਂ ਭਾਈ ਪਰਮਜੀਤ ਸਿੰਘ ਜੀ ਪੰਜਵੜ ਦਾ ਉਹਨਾਂ ਨਾਲ ਬਹੁਤ ਨੇੜ ਹੋ ਗਿਆ। ਉਸ ਨੇੜ ਨੂੰ ਵੇਖਦਿਆਂ ਹੋਇਆਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਬੈਂਕ ਦੀ ਸਰਵਿਸ ਛੱਡ ਕੇ ਭਾਈ ਪਰਮਜੀਤ ਸਿੰਘ ਜੀ ਪੰਜਵੜ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸੀਸ ਤਲੀ 'ਤੇ ਟਿਕਾ ਕੇ ਦਾਖਲ ਹੋਏ ਅਤੇ ਆਖਰੀ ਦਮ ਤੱਕ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਰਹੇ। ਕੀ ਜ਼ਿੰਦਗੀ ਇਹੀ ਜੀ ਹੈ
एक व्यक्ति की जिंदगी नहीं, एक कौम दे जंग की जिंदगी है। तो जंगा के इतिहास इन्ने अकहरे नहीं होंगे, वो तो युगों तक इतिहास लिखे जाते, बोले जाते, गाए जाते। सो ये गल्लां चलदियां रहणगियां। अज मैं इत्थे भाई परमजीत सिंह पंजवड़ की जिहड़ी शहादत है वो साढ़े सिख इतिहास के प्रसंग चों रख के देखिए तो वह शहादत की है, वो अर्थ की, शहादत साढ़े वास्ते किस किस्म की चुनौती छड़ के गई है ता कि असी अगे साढ़े फर्ज की बनते। सो पहली गल तो यह कि अपन सारे ही इत्थे अज भाई परमजीत सिंह पंजवड़ की याद में ही इकट्ठे होए हैं। तो जे दुनियावी तौर पर देखा जाए जो साढ़े रीत प्रचलित है तो यह शोक समागम ही होंदा है, क्योंकि जदों भी कोई शरीर सदा वास्ते संसार तो चलिया जाता है तो जिहड़े उहदे नेड़ले हुंदे ने जिन्हां दा उहदे नाल लगा हुंदा है उन्हां च बराग पैदा होना, उदासी आउणी, यह सुभाविक है। ये मनुख दे विच इहो जिहियां जिहड़ियां अहसास न जां जज्बात न वह जरूरी है। सो इस दृष्टि तो देखा जाए तो जिहड़ा अज दा दिन है साडे वास्ते सोग दा दिन भी है, पर जे एक होर दृष्टि तो देखा जाए तो यह दिन साडे लई फखर ते माण वाली गल भी है। क्यों? जदों भाई परमजीत सिंह पंजवड़ ने यह राह चुनिया सी सिख कौम की आजादी के संघर्ष के विच बंदूक चा के लड़न का, यह तो तय सी कि किसी ना किसी दिन अंतम तौर पर शहादत हो जानी है, भावें जंग के मैदान च होवे जां किसी होर तरह हो। सो यह गल निश्चित सी कि शहादत हो जानी है, पर जिंदगी च पता नहीं किहोजे दौर आ जाते हैं, कई बार बंदे चाहुंदिया होया भी उन्होंने शहादत नसीब नहीं होंगी। बहुत जंगा दे विच देखे न बंदियां नूं होर तरह की जिंदगी जिउणी पैंदी है ते काफ़ी संताप हंडाउणे पैंदे। सो इस पक्षों साडे लई संतुष्टि वाली ते फखर वाली गल है कि भाई परमजीत सिंह पंजवड़ अखीर नूं दुश्मन की गोली नाल ही शहीद होया। तो शहादत गुरु की बख्शिश है, आप सारे कहने हैं। सो इस पक्षों भाई परमजीत सिंह के सिर पर एक बख्शिश हुई है कि उन्होंने दुश्मन की गोली नसीब हुई। सो एक तो इस पक्षों फखर वाली तो अहम गल है, दूजी गल उहदी शहादत लाहौर की धरती पर हुई है, इहदी बहुत बड़ी इतिहासक महत्ता है, क्योंकि लाहौर ही सी जिथों साडा शहादतां दा अमल शहीदां दे सरताज ने शुरू किया। लाहौर से जिथे साडी जिहड़ी अरदास है उहदे विच जदों शहादतां दा जिक्र हुंदा है वह शहादतां ज़्यादातर लाहौर की धरती ते हुई हैं, भावें बंद बंद कट्टे गए, भावें मावां दे गलां च बच्चों के टोटियां दे हार पाए गए, जां बड़ा खुश होया इतिहास दे विच लाहौर की धरती ते। सो वह धरती वैसे साडे वास्ते इतिहासक तौर पर बहुत मुबारक थाव है, बहुत थावान बहुत शहर है जेडे साडे वास्ते मुबारक है, पवित्र है, पर जे राजसी तौर पर देखा जाए जो अहमियत साडे वास्ते लाहौर की है वह होर किसी शहर की नहीं। गुरद्वारा श्री दुख निवारण साहिब पटियाला विखे हुई घटना के मामले में श्रोमणी गुरद्वारा प्रबंधक कमेटी ने अपना पक्ष रखा है तो इस मामले की निंदा की है। SGPC मैंबर करतार सिंह ने इस संबंध में हुई प्रेस कॉन्फ्रेंस में जानकारी देते हुए किया कि महिला जो कि सरोवर के कंडे बैठ के शराब पी रही थी उसनू सेवादार ते संगतां ने फड़ के दफ्तर में लिया, पर इस तो पहला उसने शराब की बोतल नू तोड़ दिता ते सेवादारां ते हमला भी किया जिस कारण एक सेवादार की मां ते सट लगी है। उन्हें कहा कि दफ्तर में उस तो पूछगिछ की जा रही थी ते पुलिस नू सूचना दे दी गई सी, पुलिस ने आके मुरली पूछगिछ की तो जदों उसनू लैके जाण लगी तो एक श्रद्धालु ने भावनावां विच बह के अपने रिवोल्वर नाल गोलियां मार दित्तियां। कल रात लगभग 9:15 गुरद्वारा दुख निवार साहब पटियाला विखे एक बड़ी मंदभागी घटना वापरी, एक लड़की जो नशे दे विच सी ओह सरोवर दे उपर बैठी हुई सी, सरोवर च उहदे जदों दारू पीण लगी उत्थे बैठ के उत्थे संगतां ने जदों देखिया साडे मुलाजम गुरद्वारा साहब दे जो ड्यूटी ते सन वह भी पहुँचे, उस लड़की नूं फड़ के दफ्तर विच लिआंदा गया। लिआउण तों पहलां उस लड़की ने
जो उहदे हाथ विच बोतल सी शराब दी वो तोड़ के साढ़े सेवादारां ते अटैक किया, जो साढ़े सेवादार की बांह के उत्ते लगा जिहड़ा इंजर्ड हो गया। उपरंत संगत के सहयोग के नाल साढ़े सेवादार ने उन्होंने फड़ के उस लड़की नूं दफ्तर दे विच लियांदा, उहदी पुछगिछ की गई। इन दी मेन टाइम क्योंकि पुलिस नूं इनफॉर्म कर दिता गया सी मनेर साहब वालों, पुलिस मौके ते पहुंची, दो चार मिनट मुढ़ली पुछगिछ तो बाद पुलिस उस लड़की नूं नाल लैके गुरद्वारा साहब तो पुलिस स्टेशन वास्ते चल पई। सामने एक सिंह जो श्रद्धालु सी, जो जज्बात दे विच आके, मैं कहांगा भावना दे विच आके, उन्हें उस लड़की दे आप दे रिवालवर तो गोलियां चला दित्तियां। गोलियां लगन कारण उस लड़की दी मौके ते मौत हो गई। पुलिस नूं उस लड़के ने, उस सिंह ने अपना रिवालवर ते अपने आप नूं उस वेले पेश कर दिता, ते लड़की नूं हस्पताल पहुँचाया गया। इस घटना दरम्यान साढ़े एक गुरद्वारा साहब के जो रोजाना इत्थे श्रद्धालु आउंदे ने उन्हां विचों एक श्रद्धालु के पेट विच भी गोली लगी, जो रजिंद्रा हस्पताल विखे इस वेले एडमिट है, जिहदा इलाज चल रहा है। बड़े साढ़े श्रोमणी गुरद्वारा प्रबंधक कमेटी के जो मुलाजम ने वो उहदी सेवा दे विच लगे हुए ने, ड्यूटी दे रहे हैं। ਸੋ ਇਹ ਘਟਨਾਕ੍ਰਮ ਰਾਤ ਇੱਥੇ ਵਾਪਰਿਆ ਜਿਹੜਾ ਬੜਾ ਹੀ ਨਿੰਦਣਯੋਗ ਆ। ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਵਾਪਰੀ ਘਟਨਾ 'ਤੇ ਪ੍ਰਤੀਕਰਮ ਦਿੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਸੋਚੀ ਸਮਝੀ ਸਾਜਿਸ਼ ਨਾਲ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਸਰਕਾਰ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ। ਉਹਨਾਂ ਕਿਹਾ ਕਿ ਪਟਿਆਲਾ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਅੰਦਰ ਇੱਕ ਕੁੜੀ ਵੱਲੋਂ ਸ਼ਰਾਬ ਪੀਣ ਦੀ ਘਿਨੌਣੀ ਹਰਕਤ ਸਾਜ਼ਿਸ਼ ਹੈ, ਇਹ ਆਪਣੇ ਆਪ ਵਰਤਿਆ ਵਰਤਾਰਾ ਨਹੀਂ ਹੋ ਸਕਦਾ ਹੈ। ਉਹਨਾਂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲੈਂਦਿਆਂ ਕਿਹਾ ਕਿ ਕਦੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਜ਼ਦੀਕ ਧਮਾਕੇ ਹੁੰਦੇ ਹਨ, ਕਦੇ ਸ਼ਰਧਾਲੂਆਂ ਦੀ ਮਾਰ ਕੁਟਾਈ ਦੀਆਂ ਘਟਨਾਵਾਂ ਆਉਂਦੀਆਂ ਹਨ, ਅਤੇ ਹੁਣ ਵੱਖੋ ਵੱਖ ਥਾਵਾਂ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਪਰ ਸਰਕਾਰ ਇਸ 'ਤੇ ਕੁਝ ਨਹੀਂ ਕਰ ਰਹੀ ਅਤੇ ਮੂਕ ਦਰਸ਼ਕ ਬਣੀ ਵੇਖ ਰਹੀ ਹੈ। ਪਟਿਆਲਾ ਸਥਿਤ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਅੰਦਰ ਐਤਵਾਰ ਰਾਤ ਨੂੰ ਇੱਕ ਸ਼ਰਧਾਲੂ ਨੇ ਇੱਕ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇੱਕ ਸੇਵਾਦਾਰ ਵੀ ਜ਼ਖਮੀ ਹੋਇਆ ਹੈ। ਮੁਲਜ਼ਮ ਸ਼ਰਧਾਲੂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ, ਜਿਸ ਦੀ ਪਛਾਣ ਨਿਰਮਲਜੀਤ ਸਿੰਘ ਵਾਸੀ ਅਰਬਨ ਸਟੇਟ ਪਟਿਆਲਾ ਵਜੋਂ ਹੋਈ ਹੈ। ਮ੍ਰਿਤਕ ਔਰਤ ਦੀ ਪਛਾਣ ਪਰਵਿੰਦਰ ਕੌਰ ਵਾਸੀ ਪਟਿਆਲਾ ਵਜੋਂ ਹੋਈ ਹੈ। ਘਟਨਾ ਰਾਤ ਕਰੀਬ 10 ਵਜੇ ਵਾਪਰੀ। ਇਲਜ਼ਾਮ ਹੈ ਕਿ ਉਕਤ ਔਰਤ ਸਰੋਵਰ ਕੰਢੇ ਬੈਠ ਕੇ ਸ਼ਰਾਬ ਪੀ ਰਹੀ ਸੀ। ਗੁਰਦੁਆਰਾ ਸਟਾਫ ਨੇ ਉਸਨੂੰ ਰੋਕਿਆ ਅਤੇ ਪੁੱਛਗਿੱਛ ਲਈ ਗੁਰਦੁਆਰਾ ਪ੍ਰਬੰਧਕ ਦੇ ਕਮਰੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਔਰਤ ਨੇ ਸੇਵਾਦਾਰ ਤੇ ਸ਼ਰਾਬ ਦੀ ਬੋਤਲ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਔਰਤ ਨਾਲ ਪੁੱਛ ਪੜਤਾਲ ਦੌਰਾਨ ਇੱਕ ਸ਼ਰਧਾਲੂ ਨਿਰਮਲਜੀਤ ਸਿੰਘ ਉੱਥੇ ਆ ਗਿਆ ਅਤੇ ਉਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਨਿਰਮਲਜੀਤ ਸਿੰਘ ਨੇ ਆਪਣੇ ਲਾਇਸੈਂਸੀ ਰਿਵੋਲਵਰ ਤੋਂ 5 ਗੋਲੀਆਂ ਚਲਾਈਆਂ, ਜਿਸ ਵਿੱਚੋਂ ਔਰਤ ਨੂੰ 3 ਗੋਲੀਆਂ ਲੱਗੀਆਂ, ਜਦਕਿ ਇੱਕ ਸੇਵਾਦਾਰ ਨੂੰ ਵੀ ਗੋਲੀ ਲੱਗੀ ਹੈ। ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖਮੀ ਸੇਵਾਦਾਰ ਨੂੰ ਰਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉਸਦੇ ਪੇਟ ਵਿੱਚ ਗੋਲੀ ਲੱਗੀ ਹੈ। ਅੱਜ ਤਕਰੀਬਨ 8:30 ਵਜੇ ਦਰਮਿਆਨ ਇੱਕ ਲੇਡੀਜ਼ ਆਈ, ਉਹ ਲੇਡੀਜ਼ ਨੇ ਆ ਕੇ ਜਦੋਂ ਸਰੋਵਰ 'ਤੇ ਪਹੁੰਚੀ ਜਿੱਥੇ ਬੀਬੀਆਂ ਦਾ ਪੋਣਾ ਹੈ, ਉੱਥੇ ਆ ਕੇ ਕੋਈ ਡਰਿੰਕ ਉਹਨੇ ਪਹਿਲਾਂ ਵੀ ਕੀਤੀ ਸੀ, ਉੱਥੇ ਡਰਿੰਕ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਤੋਂ ਬਾਅਦ ਕੋਈ ਸ਼ਰਾਬ ਦਾ ਸੀਗਾ। ਸੰਗਤ ਨੇ ਦੇਖਿਆ, ਉਹਨਾਂ ਨੇ ਜਦੋਂ ਸਾਡੀ ਬੀਬੀ ਸੇਵਾਦਾਰ ਨੇ ਦੱਸਿਆ ਪ੍ਰਮੋਦਿਤ ਕੌਰ ਨੂੰ, ਤਾਂ ਉਹਨੇ ਮੌਕੇ 'ਤੇ ਜਾ ਕੇ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਵਾ ਉਹਨੇ ਉਹਦੇ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ ਸਾਡੇ ਰਾਗੀ ਸਿੰਘ ਨੇ ਬਾਹਰ ਅੱਗੇ ਕੀਤੀ, ਉਹ ਪਵਾ ਉਹਦੇ ਬਾਹਰ 'ਤੇ ਵੱਜਿਆ, ਉਹਦੀ ਕਾਫੀ ਚੋਟ ਆਈ, ਕਾਫੀ ਖੂਨ ਨਿਕਲਿਆ, ਬੀਬੀ ਦੇ ਵੀ ਚੋਟ ਆਈ। ਤਾਂ ਉਸ ਤੋਂ ਬਾਅਦ ਸਾਰੀ ਸੰਗਤ ਜਿਹੜੀ ਸੀ ਪਕੜ ਕੇ ਉਹ ਬੀਬੀ ਨੂੰ ਦਫ਼ਤਰ ਲੈ ਆਈ। ਮੈਨੂੰ ਫੋਨ ਗਿਆ, ਮੈਂ ਆਇਆ, ਮੁਲਾਜ਼ਮ ਸਾਹਿਬ ਮੈਨੇਜਰ ਸਾਹਿਬ ਆ ਗਏ, ਅਸੀਂ ਥਾਣੇ ਵਿੱਚ ਫੋਨ ਕੀਤਾ, ਥਾਣੇ ਤੋਂ ਮੁਲਾਜ਼ਮ ਆ ਗਏ, ਅਤੇ ਜਦੋਂ ਥਾਣੇ ਤੋਂ ਮੁਲਾਜ਼ਮ ਆਏ ਉਹਨਾਂ ਨੇ ਆ ਕੇ ਉਹ ਬੀਬੀ ਨੂੰ ਜਦੋਂ ਪਕੜ ਕੇ ਆਪਣਾ ਬਾਹਰ ਲਿਆ ਰਹੇ ਸੀਗੇ, ਤਾਂ ਜਦੋਂ ਅਸੀਂ ਦਫ਼ਤਰ ਤੋਂ ਬਾਹਰ ਨਿਕਲੇ ਤਾਂ ਬਾਹਰ ਇੱਕ ਲੜਕਾ ਖੜ੍ਹਾ ਸੀ, ਜਿਹਨੇ ਬਾਹਰ ਨਿਕਲਦੇ ਸਾਰ ਜਿਹੜੀਆਂ ਗੋਲੀਆਂ ਸੀ ਰਿਵਾਲਵਰ ਦੀਆਂ ਸਾਰੀ ਬੀਬੀ ਨੇ ਮਾਰੀਆਂ। ਉਹਦੇ ਵਿੱਚੋਂ ਇੱਕ ਗੋਲੀ ਸਾਡੇ ਉੱਥੇ ਸੇਵਾ ਕਰਦਾ ਰੋਜ਼ਾਨਾ ਲੜਕਾ ਸਾਗਰ ਮਲਹੋਤਰਾ, ਉਹ ਬੱਚੇ ਦੇ ਵੀ ਪੇਟ ਵਿੱਚ ਗੋਲੀ ਲੱਗੀ। ਤਾਂ ਮੈਂ ਜਿਹਨੂੰ ਤੁਰੰਤ ਆਪਣੇ ਮੁਲਾਜ਼ਮਾਂ ਦੀ ਡਿਊਟੀ ਲਾ ਕੇ ਗੱਡੀ ਵਿੱਚ ਪਾ ਕੇ ਉੱਥੇ ਰਜਿੰਦਰਾ ਹਸਪਤਾਲ ਭੇਜਿਆ, ਔਰ ਉਹ ਬੀਬੀ ਦੀ ਮੌਕੇ 'ਤੇ ਡੈਥ ਹੋ ਗਈ। ਜਿਸ ਮੌਕੇ 'ਤੇ ਐਸ ਪੀ ਦੁਬਾਰਾ ਸਾਹਿਬ ਵੀ ਪਹੁੰਚ ਗਏ, ਐਸ ਐਚ ਓ ਬਰਾੜ ਸਾਹਿਬ ਵੀ ਪਹੁੰਚ ਗਏ, ਸਾਰਾ ਸਟਾਫ ਉਹਨਾਂ ਦਾ ਵੀ ਆ ਗਿਆ, ਅਤੇ ਇਹ ਸਾਰੀ
गुरुद्वारा श्री दुख निवारण साहिब कंपलैक्स विच औरत दा गोलियां मार के कतल करन दे मामले विच पुलिस ने वड्डा खुलासा किया है। इस मामले विच पटियाला दे एसएसपी वरुण शर्मा ने दस्सिया कि गुरुद्वारा श्री दुख निवारण साहिब विच शराब पीण वाली औरत एक नशेड़ी सी, जिसनों शराब पीण की लत लगी हुई सी ते इसका एक नशा छुड़ाऊ केंद्र विच इलाज भी चल रहा सी। एसएसपी ने कहा कि यह औरत शराब की बोतल लैके गुरुद्वारा साहिब पहुंची सी। इत्थे संगतां ने उसनों शराब पीण तो रोकिया ते इसने उल्टा उन्होंने ही हमला कर दिता। परविंदर कौर नाम की 35 तो 40 साल की दरम्यान उम्र की जनानी दुख निवारण साहब गुरद्वारा साहब दे सरोवर कोले बह के उत्थे शराब का सेवन कर रही सी। छोटा जिहड़ी छोटी शराब की क्वाटर बोतल हुंदी है उहदे राही शराब का सेवन कर रही सी। जदों महिला शरदालुआं ने ते होर शरदालुआं ने वेख्या कि ये गुरद्वारा साहब दे सरोवर दे कोले शराब का सेवन कर रही है ते इस गलत काम तो रोकण लई उस जनानी नू महिला शरदालुआं ने ते होर शरदालुआं ने लै के जिहड़े गुरद्वारा साहब दे मैनेजर ने उन्हां कोले जिवें कोई भी शक्की बंदा हुंदा आ शक्की जनानी हुंदी है उहनू मैनेजर दे कोले ही लै के जाया जांदा है। जदों संगतां इस जनानी नू मैनेजर दे कमरे दे कोले लै के पहुंचियां ते उत्थे निर्मलजीत सिंह सैणी नाम दे एक व्यक्ति ने अपने लाइसेंसी रिवॉल्वर नाल 5 गोलियां जड़ियां ने चलाईयां। उन्हां चों 3 तो 4 गोलियां इस जनानी नू लगियां जिहदी मौके ते मौत हो गई। एक गोली जड़ी आ वह सागर नाम दे उत्थे मौजूद एक होर व्यक्ति नू भी लगी जिहड़ा रजिंद्रा हॉस्पिटल पटियाला च खतरे तो बाहर आ ते जीरे इलाज आ। पटियाला पुलिस ने बड़ी स्विफ्ट एक्शन लेंदे होए जिहड़ा निर्मलजीत जी ने गोलियां चला के उस जनानी का कतल किया उन्हू अरेस्ट कर लिया आ ते जिहड़ा वैपन यूज किया गया सी वह भी बरामद हो गया है। जिहड़ी ये जनानी आ इहदा असी जदों इन्वेस्टिगेशन कीती ते आधार कार्ड ते जिहड़ा इहदा एड्रैस आ वह एक पीजी का एड्रैस आ जिथे हुणे रह नहीं रही है, पिछले 2-3 सालों तो उत्थों मूव कर गई सी। इहदा हुण तक कोई परिवार या कोई वारिस वगैरह सामने नहीं आया है। असी इहदे CDR वगैरह ते मोबाइल फोरेंसिक वगैरह कढ़ा के होर डूंघाई नाल इन्वेस्टिगेशन कर रहे हैं। पर एक गल जिहड़ी सामने आई है सानू एक नशा छुड़ाऊ केंद्र जिहड़ा आ आदर्श हॉस्पिटल फैक्ट्री एरिया पटियाले च एक डी एडिक्शन सेंटर आ उत्थे दी सानू एक पर्ची मिली। जदों उत्थों असी इन्वेस्टिगेशन कीती ते सानू वेरीफाई होया आ कि इस जनानी नू अल्कोहल एडिक्शन सीगी। असी उहदा ट्रीटमेंट रिकॉर्ड जिहड़ा उत्थों कढ़ाया आ ते शी वॉज अंडर दी एडिक्शन ऑफ अल्कोहल ते डॉक्टर ने होर भी उहदे बारे लिखिया आ कि किवें मूड स्विंग्स हुंदे सी इहनू या डिप्रेशन च सीगी या नैगेटिव थॉट्स आंदे आ ते इहदी होर डूंघाई नाल तफतीश करांगे ते जाप्त अनुसार कार्रवाई जिहड़ी आ अमल च लै के आवांगे। श्री गुरु रामदास सरां विच अमृतसर दे धमाकियां दे मुलजमां दे फड़े जाण तों बाद हुण SGPC ने श्री दरबार साहिब दी सुरक्षा नूं लै के वड्डे बदलाव कीते हन। सब तों पहलां तां श्री दरबार साहिब दाखल होण वाले सारे गेटां ते उरा सेवादारां दी नियुक्ति कर दित्ती गई है, जिन्हां वल्लों बैग विच रखे समान की चैकिंग करन तों बाद ही महिला शरधालुआं नूं अंदर दाखल होण दित्ता जा रहा है। इस तों इलावा वड्डियां वड्डियां LED स्क्रीनां लगाईआं गईआं हन अते श्री दरबार साहिब दी मर्यादा नाल जुड़ी जानकारियां लिखीआं गईआं हन। यह जानकारी पंजाबी हिंदी अते अंग्रेजी तीनों भाषावां विच हन। पिछले दिन ही होए स्कर्ट विवाद तो बाद यह फैसला लिया गया है जदों सेवादारां वल्लों एक कुड़ी नूं मर्यादा मुताबक स्कर्ट पाउण दी वजह करके रोकिया गया सी। ਇਹ ਜਿਵੇਂ ਤੁਹਾਨੂੰ ਹੁਣ ਦੇ ਤੁਸੀਂ ਦੇਖ ਰਹੇ ਹੋ ਕਿ ਇਹ ਇੱਕ ਬਹੁਤ ਵੱਡੀ ਇੱਕ ਸਕਰੀਨ ਜਾਣਕਾਰੀ ਸਕਰੀਨ ਨੂੰ ਕਹਾਂਗੇ ਜੇ ਪੰਜਾਬੀ ਸ਼ਬਦ ਵਰਤਾਂਗੇ। ਇਹਦੇ ਵਿੱਚ ਇਸ ਸਥਾਨ ਦੇ ਬਾਰੇ 'ਚ, ਇਸ ਸਥਾਨ ਦੀ ਮਹੱਤਤਾ ਬਾਰੇ 'ਚ, ਇੱਥੇ ਜਿਹੜਾ ਇਹ ਧਾਰਮਿਕ ਸਥਾਨ ਹੈ ਉਸ ਧਾਰਮਿਕ ਸਥਾਨ 'ਤੇ ਆਉਣ ਦੀ ਇੱਕ ਮਰਿਆਦਾ ਜੋ ਸਾਰੇ ਥਾਈਂ ਹੋਣੀ ਚਾਹੀਦੀ ਆ ਅਤੇ ਇੱਥੇ ਦੱਸਿਆ ਜਾਊਗਾ ਕਿ ਕਿਹੜੀ ਥਾਂ ਦੇ ਉੱਤੇ ਜਿਹੜਾ ਸਾਡੇ ਜੋੜਾ ਘਰ ਆ, ਕਿੱਥੇ ਗਠੜੀ ਘਰ ਆ, ਕਿੱਧਰ ਵਾਸ਼ਰੂਮ ਨੇ। ਫਿਰ ਅੰਦਰ ਉਤਰਦਿਆਂ ਸਾਰ ਇੱਕ ਛੋਟੀ ਜਿਹੀ ਜਾਣਕਾਰੀ, ਭਾਵੇਂ ਕਿ ਸਾਡੇ ਜਿਹੜੇ ਗਾਈਡ ਦੀ ਇੱਕ ਬਹੁਤ ਵੱਡੀ ਟੀਮ ਆ ਜਿਹੜੀ ਵਧੀਆ ਕੰਮ ਕਰ ਰਹੀ ਆ, ਪਰ ਇਹਦੇ ਵਿੱਚ ਸਾਰੀ ਜਾਣਕਾਰੀ ਹੋਏਗੀ ਕਿ ਉਤਰਦਿਆਂ ਸਾਰ ਤੁਹਾਨੂੰ ਦਰਬਾਰ ਸਾਹਿਬ, ਉਸ ਤੋਂ ਬਾਅਦ ਸੱਜੇ ਹੱਥ ਅਕਾਲ ਤਖਤ ਸਾਹਿਬ, ਬਾਬਾ ਬੁੱਢਾ ਸਾਹਿਬ ਦੀ ਬੇਰ ਆ, ਲੰਗਰ ਆ, ਔਰ ਇਹ ਸਾਰੇ ਜਿਹੜਾ ਪ੍ਰਕਰਮਾ ਵਾ ਉਸ ਦੇ ਬਾਰੇ ਵਿੱਚ ਇੱਕ ਛੋਟਾ ਜਿਹਾ ਇਹ 3 ਭਾਸ਼ਾਵਾਂ ਦੇ ਵਿੱਚ ਰੱਖਿਆ ਜਾਵੇਗਾ। ਅੰਗਰੇਜ਼ੀ 'ਚ ਹੋਏਗਾ, ਹਿੰਦੀ 'ਚ ਹੋਏਗਾ, ਪੰਜਾਬੀ 'ਚ ਹੋਏਗਾ।
ये दो मिनट के स्लॉट जोड़े चलन ता कि जोड़ा यात्रू आता उस यात्रू क्योंकि गिणती बहुत वही है तो उन्होंने इतों जानकारी मुहैया हो जाए कि मैं नशा नहीं करके आना नशा नहीं लैके जाना कोई ज़्यादा बड़ा बैग अंदर नहीं लैके जाना क्योंकि जिमें हम पिछले दिन जो घटनावान वापरिया वो इतिहास के तौर पर असी सारा कुछ देख रहे हैं तो इस गल जी श्रोमणी कमेटी आ संगत के सहयोग उन्होंने जानकारी मुहैया कराने अपना हर उपराला कर दी उस उपराले का एक हिस्सा है कि जी वी स्क्रीन ला रहे हैं। पिंड मूसे अपने घर पहुंचे लोगों को संबोधन करते हुए सिद्धू मूसेवाला के पिता बलकौर सिंह ने पुत्र के इंसाफ को लेकर पंजाब सरकार से सवाल खड़े किए हैं। उन्होंने कहा कि मैं जलंधर चोणा च किसी पार्टी के हक में चोण प्रचार करने लिए नहीं गया सगो अपने पुत्र के इंसाफ लिए पहुंचा सी अते अपने पुत्र के इंसाफ लिए हर बार सरकार विरुद्ध इसी तरह मोर्चा खोलता रहांगा। बलकौर सिंह ने कहा कि लंघ गई लोग सभा चोणा विच सरकार का विरोध करने का सब तो वड्डा कारण बेइंसाफी है। सिद्धू की मौत तो पहला ही दिल्ली पुलिस के स्पैशल सैल ने पंजाब सरकार को जानकारी दे दी सी कि सिद्धू सने एक होर व्यक्ति को जान का खतरा है। दिल्ली पुलिस को यह सूचना शाहरुख नाँ के व्यक्ति को मिली सी जिसनों सिद्धू को मारन के लिए भेजा गया सी पर वह गिरफ्तार हो गया सी। इसके बावजूद सरकार ने सुरक्षा वापस ले ली तो उसका प्रचार भी कर दिता। बापू बलकौर सिंह ने सरकार के मीडिया सलाहकार बलतेज पन्नू का सीधा ना लेंदे हुए कहा कि इस व्यक्ति ने जानकारी लीक करके कातलों को नाल ही जानकारी दे दी। असी सरकार का विरोध क्यों किया क्योंकि सब तो पहला सरकार को दिल्ली स्पैशल सैल वालों सूचना दी गई सी भी शोधी गुरु और एक व्यक्ति लीडर है कोई दो बंदों को बहुत ज़्यादा खतरा है। स्पैशल लैटर भी कढ़िया गया और ट्रिब्यून के पहले पेज पर भी छापी गई खबर ये क्योंकि शोधी गुरु मारन आया शाहरुख नाम का बंदा दिल्ली पुलिस ने गिरफ्तार कर लिया से तो ये खुलासे हुए से भी असी फलाने फलाने बंदे मारना सो दिल्ली स्पैशल सैल ने पंजाब स्टेट को इनफॉर्मेशन दी उस गल की बकायदा लिखती रूप दी प्रेस के मीडिया राही दी माध्यम राही दी परंतु एक व्यक्ति को दस दिता जाता है भी तुहानू खतरा है सानू कोई इनफॉर्मेशन नहीं दी गई बकायदा ये साडी जिहड़ी सिक्योरिटी है वह वापस ले ली उसके बावजूद पता होने के बावजूद भी सिद्धू मूसेवाले सब तो वध खतरा है उसके बावजूद सिक्योरिटी वापस ली असी तां विरोध किया कल्ली वापस नहीं ले गई वापस भी सरकारां दी मर्जी हुंदी है लै सकदे आपां इस गल्ल नहीं कहते भी सिक्योरिटी दें वापस लैके उन्हों अनाउंस भी करता कातलां नूं दस भी दिता भी असी सिक्योरिटी जिहड़ा मूसेवाला वो बिल्कुल निहत्था करता हुण तुसीं उन्हों आसानी नाल मार सकदे दो नंबर हो गए तीजे नंबर पर जिन्हें बंदे ने अनाउंस की बलतेज पन्नू और मैडम ओयशी असी वो खिलाफ़ सरकार पहले दिन तो सीएम साहब की गल ध्यान लिया परंतु उन्होंने खिलाफ कोई कार्रवाई नहीं हुई असी सरकार का विरोध तां कीता अगले गल सिक्योरिटी रूल्स करन तक सारी गल निबड़ गई फिर शुभदीप के नाल 29 मई में जो घटना वापर जाती है सानू ये दिलासा दे के गए सीएम साहब भी तुहाडा जिहड़ा जुडिशियल कमीशन बिठावांगे और इहदी मुकम्मल जांच करावांगे अज तक जुडिशियल कमीशन ने जिहड़ा नहीं बिठाया तां विरोध कीता सरकार उस तो बाद मास्टरमाइंड सरकार मैं अज दस दे भी आ बंदे ने साज घड़ी सी चलो तो मैं मान लेना भी तुम बहुत फटते बहुत मारते भी आ बंदे की साज सी ते आ सिद्धू की रंजिश सी लोगों को दस दौ मेरा जस्टिस ही है मैं चुप करके अपने घर बैठ मैं विरोध तां एक साल पूरा होने ते आ जाएगा 29 मई नूं साल हो जाने एक भी दोषी एक भी पेशी के उत्ते जे अज तक सरकार ने पेश किया मैं सरकार का विरोध तां कीता। आप आगू राघव चड्डा ते परिणीति चोपड़ा की सगाई ते एक बार मुड़ तो अकाली दल के सीनियर आगू विरसा सिंह वलटोहा ने सवाल चुके हैं। पहला उन्होंने जथेदार श्री अकाल तख्त ज्ञानी हरप्रीत सिंह की समागम विच शमूलियत नूं लैके सवाल खड़े किए सन अते हुण दिल्ली विच पंजाब दे मुख्यमंत्री निवास स्थान कपूरथला हाउस विच होए सगाई दे प्रोग्राम नूं लैके गंभीर इल्जाम लगाए हैं। उन्होंने राघव चड्डा नूं सुपर सीएम दसदे होए मुख्यमंत्री भगवंत मान नूं सवाल किया कि हुण मान लिया जाए कि राघव चड्डा ही पंजाब दे असली मुख्यमंत्री हैं
जिन्हां दे लई 70 साल की रवायत तोड़ी गई है। वलटोहा ने कपूरथला हाउस की इतिहासक इमारत नूं मैरिज पैलेस बनाउण ते भी तंज कसिया। वलटोहा ने सोशल मीडिया अकाउंट के जरिए मुख्यमंत्री भगवंत मान नूं कई सवाल किए अते जांच की चुनौती भी दित्ती।